पूरे उच्चे बैठे हैं, अपना ही नहीं है कोई यूं ही जगह काम। कोई फ्लाईओवर आ गया हिल एरिया मगर वेट है तो थानू 55 HP चाहिए तो यूज उस वक्त कर सकते हैं जी। पूरा वधिया लग रहा है, लगता भी जिम्मे राणा जी जिम्मे सोफे पर बैठे होंगे बिल्कुल बिल्कुल वो गड्डिया वाली फीलिंग आती है जी। हाँ जी कार वाली जी जिम्मे कि 40-50 lakh वाली कार से बह गए होंगे। CRD की फुल फॉर्म दोबारे बोलो जी की कॉमन रिले डायरेक्ट इंजैक्शन। कॉमन रिले डायरेक्ट इंजैक्शन इंजैक्शन हाँ जी करके दोबारा इंजन भेज दिता जेड़ी माड़ी मोटी हवा मतलब आप प्रदूषण कह सकते हैं वो थोड़ा बहुत ये थ्रू निकलना बाकी ये रीसर्कुलर है हूँ उन्होंने पता लगा इधर ही रह गया। हाँ जी मगरान इन्ना गैप रह गया मतलब बिल्कुल वो टायर की कटाई बद हो गई। हाँ जी वो एडजस्टेबल तुम देख सकते हो भी चोबरो की हाल चाल आ ठीक ठाक हो सारे तो तुम पहला अंकल जी ना पछाणो कौन ये तुम इन वीडियो देखी है ना अपने सोना लिखा की आप पहले वीडियो पाई है वह लिंक है जो डिस्क्रिप्शन के पाता तो जाके वो वीडियो देख लो ठीक है। तो थोड़ा सब का थैंक यू जो वीडियो में बहुत व्यूज दिते ठीक है। तो अज आप जो सोना लीका CRD इंजन की गलबात करांगे ठीक है क्योंकि अजक जे अपने किसान भरा ने CRD बहुत लेंदे ने है ना जो सिंपल ट्रैक्टर ने उन्होंने लोग छड़ते जा रहे हैं क्यों छड़ते जा रहे की गलबात आ तो अपने कंपनी तो आए हैं भीर जी सोना लीका कंपनी तो इन्हों भी गलबात करांगे ठीक है जी। अंकल जी सत श्रीकाल जी। सत श्रीकाल होर जी ठीक ठाक हो जी। सत श्रीकाल प्यार भरी सत श्रीकाल जी। तो अंकल जी जिवें आप पहले गल की सिंपल ट्रैक्टर बारे दस्या है ना अज आप जी सोना लीका CRDI की आप फुल नॉलेज देनी है जी भी कदों छड़ते जा रहे हैं सोनू की लगता अंकल जी की गलबात है जी ये जिहड़ा सोना लीका ने CRD ट्रैक्टर बनाया इंडिया के जिन्या भी कंपनियां गई ठीक है जी उन्होंने कोले किसे कोले इन्नी CC का ट्रैक्टर नहीं है ठीक है 4712 CC का ट्रैक्टर ठीक है जी 260 टॉर्क है जी ਠੀਕ ਹੈ ਤੇ ਜਾਨੀ ਦੀ 107 ਦੇ ਪਿਸਟਨ ਆ ਬਹੁਤ ਜਾਨੀ ਦੀ ਪਾਵਰਫੁਲ ਟਰੈਕਟਰ ਹੈ ਇਹ ਠੀਕ ਹੈ ਜੀ ਤੇ ਜਿਹੜਾ ਇਹ ਤੇਲ ਦਾ ਖਰਚਾ ਇਹ 3 ਟਰੈਕਟਰਾਂ ਦਾ ਕੰਮ ਕਰਦਾ ਹੈ ਇੱਕ ਟਰੈਕਟਰ 3 ਟਰੈਕਟਰ ਚੱਲ ਰਹੇ ਆ 3 ਟਰੈਕਟਰ ਹਾਂਜੀ ਠੀਕ ਹੈ ਜੀ ਇੱਕ ਤੇ ਇਹ ਜੇ ਤੁਸੀਂ ਨਾਰਮਲ ਕੰਮ ਲੈਣਾ 48 HP ਕੱਢਦਾਗਾ ਇਹ ਜੀ ਜੇ ਤੁਸੀਂ ਥੋੜਾ ਜਿਹਾ ਹੋਰ ਪਾਵਰ ਲੈਣੀ ਹੈ 55 HP ਜੀ ਜੀ ਤੇ ਉਸ ਤੋਂ ਬਾਅਦ ਇਹ 60 HP 65 HP ਠੀਕ ਹੈ ਇਹ ਜਿਹੜੀ ਦੀ ਇਹ 3 ਟਰੈਕਟਰਾਂ ਦਾ ਕੰਮ ਕਰਦਾ ਇਹ ਉਹ ਕਿਹੜਾ ਕੰਮ ਲੈਣਾ ਤੁਸੀਂ ਉਹ ਹਰ ਇੱਕ ਤੇ ਕੰਮ ਲੈ ਸਕਦਾ ਉਹ ਆਪਣੇ ਤੇ ਡਿਪੈਂਡ ਹੈ ਹਾਂ ਅਸੀਂ ਉਹ ਸਾਡੇ ਤੇ ਡਿਪੈਂਡ ਆ ਵੀ ਕਿਹੋ ਜਿਹਾ ਅਸੀਂ ਕੰਮ ਲੈਣਾ ਕਿੰਨਾ ਕਿ ਅਸੀਂ ਤੇਲ ਖਵਾਉਣਾਗਾ ਠੀਕ ਹੈ ਜੀ ਇਹ ਜਾਨੀ ਦੀ 3 ਟਰੈਕਟਰਾਂ ਦਾ ਇਹ ਜਿਹੜਾ ਸੋਨਾ ਲਿਕਾ CRD ਕੰਮ ਕਰਦਾ ਠੀਕ ਹੈ ਜੀ 3 ਮੋੜ ਹੈ ਇਹਦੇ ਠੀਕ ਹੈ ਜੀ ਹਾਂ ਠੀਕ ਹੈ ਲਓ ਜੀ ਜਿਵੇਂ ਅੰਕਲ ਜੀ ਕਹਿੰਦੇ ਨੇ 3 ਟਰੈਕਟਰਾਂ ਜਿੰਨਾ ਕੰਮ ਕਰਦਾ ਠੀਕ ਹੈ CRD ਬਾਰੇ ਬਹੁਤ ਭਰਾਵਾਂ ਨੂੰ ਨਹੀਂ ਪਤਾ ਹੈਗਾ ਤੇ ਆਪਣੇ ਨਾਲ ਇਹ ਬਾਈ ਜਿਹੜੇ ਸੋਨਾ ਲਿਕਾ ਕੰਪਨੀ ਦੇ ਵਿੱਚੋਂ ਜਿਹੜੇ ਆਪਾਂ ਨੂੰ ਡੰਗਾਈ ਦੇ ਵਿੱਚ ਆਪਾਂ ਨੂੰ ਜ਼ਿਆਦਾ ਨੌਲੇਜ ਦੇਣਗੇ ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਹੋਰ ਜੀ ਠੀਕ ਠਾਕ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਮਨੀਸ਼ ਰਾਣਾ ਸੋਨਾਲੀਕਾ ਟਰੈਕਟਰ ਕੰਪਨੀ ਹੁਸ਼ਿਆਰਪੁਰ ਤੋਂ ਬੋਲ ਰਿਹਾ ਜੀ ਅਤੇ ਵੀਰ ਜੀ ਨੂੰ ਆਪਾਂ CRD ਦਾ ਕੋਮਨ ਰਿਲੇ ਡਾਇਰੈਕਟ ਇੰਜੈਕਸ਼ਨ ਦੇ ਇਹ ਟਰੈਕਟਰ ਹੈ ਇਹ ਭਾਰਤ ਦੇ ਸਰਕਾਰ ਨੇ ਜਿੱਦਾਂ ਨੋਮਨ ਕੀਤੇ ਹੈ ਕਿ ਹੁਣ ਸਾਨੂੰ CRD ਟਰੈਕਟਰ ਹੀ ਨਿਕਾਲਣੇ ਪੈਣੇ ਠੀਕ ਹੈ ਮਤਲਬ ਭਾਰਤ ਸਰਕਾਰ ਨੇ ਪੱਕਾ ਹੀ ਕਰਤਾ ਜੀ 50 HP ਤੋਂ ਉੱਪਰ CRD ਟਰੈਕਟਰ ਹੀ ਆਉਣੇ ਠੀਕ ਹੈ ਆਉਣ ਵਾਲੇ 2025 ਦੇ ਤੱਕ ਜਿਹੜੇ ਛੋਟੇ ਟਰੈਕਟਰ ਹੈ ਉਹ ਵੀ CRD ਹੀ ਹੋ ਜਾਣ ਠੀਕ ਹੈ ਜੀ ਤੇ ਜੀ ਆਪਾਂ ਜੀ ਰਾਣਾ ਜੀ ਜਿਵੇਂ ਆਪਣੇ ਟਰੈਕਟਰ ਦੇ ਉੱਤੇ ਹੀ ਰਹਾਂਗੇ ਠੀਕ ਹੈ ਜੀ ਇਹਦੇ ਬਾਰੇ ਫੁੱਲ ਨੌਲੇਜ ਦੇਵਾਂਗੇ ਤੇ ਜਿਹੜੇ ਅੰਕਲ ਜੀ ਨਾ ਇੱਥੇ ਹੀ ਹੈਲਪ ਕਰਦੇ ਰਹਿੰਦੇ ਨੇ ਇੱਥੇ ਏਜੰਸੀ 'ਚ ਜਿਹੜੀ ਆਪਾਂ ਖੜੇ ਹਾਂ ਬਲਵਿੰਦਰ ਸਿੰਘ ਜੀ ਸੇਲਜ਼ਮੈਨ ਬਲਵਿੰਦਰ ਸਿੰਘ ਠੀਕ ਹੈ ਜੀ ਤੇ ਆਪਾਂ ਰਾਮਪੁਰਾ ਫੂਲ ਆ ਜਿਹੜਾ ਬਠਿੰਡੇ ਜ਼ਿਲ੍ਹੇ ਦੇ ਸ਼ੋਰੂਮ ਦੇ ਵਿੱਚ ਖੜੇ ਆਂਗੇ। ਹਾਂਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਤੁਹਾਡਾ? ਬਲਵਿੰਦਰ ਸਿੰਘ ਹੈ ਜੀ। ਠੀਕ ਹੈ ਜੀ ਤੁਸੀਂ ਵੀ ਬਰੇਤੀ ਟਰੈਕਟਰਾਂ ਦੀ ਕਿਸਾਨਾਂ ਦੀ ਹੈਲਪ ਜੀ ਰਹਿੰਦੇ ਹੋ? ਹਾਂ ਜੀ ਕਿਸਾਨਾਂ ਨੂੰ ਮਿਲਦੇ ਆ ਨਵੇਂ ਟਰੈਕਟਰਾਂ ਨੂੰ ਦੱਸਦੇ ਆ CRD ਬਾਰੇ ਜਾਂ ਹੋਰ ਟਰੈਕਟਰ ਕੋਈ ਕਿਸੇ ਕਿਸਮ ਦਾ ਲੈਣਾ ਹੈ ਠੀਕ ਹੈ ਉਹਦੇ ਬਾਰੇ ਨੂੰ ਨੌਲੇਜ ਦਿੰਦੇ ਆ ਨੌਲੇਜ ਦਿੰਦੇ ਰਹਿੰਦੇ ਹਾਂ ਠੀਕ ਹੈ ਅੱਜ ਫਿਰ ਦੱਸ ਰਹੀ ਆ CRD ਬਾਰੇ ਜੀ ਦੱਸੋ CRD ਬਾਰੇ ਠੀਕ ਹੈ ਜੀ ਇਹ ਟਾਈਗਰ ਇਹ ਬਾਈ ਜੀ ਵੀ ਆਪਣੇ ਨਾਲ ਹੀ ਹੁੰਦੇ ਨੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਹੈ ਤੁਹਾਡਾ ਸੰਦੀਪ ਸਿੰਘ ਹੈ ਜੀ ਸੰਦੀਪ ਸਿੰਘ ਤੁਸੀਂ ਵੀ ਕਿਸਾਨਾਂ ਦੀ ਹੈਲਪ 'ਚ ਇੱਥੇ ਹੀ ਹਾਂਜੀ ਬਾਈ ਜੀ ਇੱਥੇ ਹੀ ਹੁੰਦੇ ਜੀ ਠੀਕ ਹੈ ਜੀ ਹਾਂਜੀ ਤੇ ਲਓ ਜੀ ਜਦੋਂ ਆਪਾਂ ਕਈ ਵਾਰ ਆਉਣਾ ਵੀ ਹੋਵੇ ਨਾ ਹਨਾ ਜਿਹੜੇ ਬਠਿੰਡਾ ਚੰਡੀਗੜ੍ਹ ਰੋਡ ਦੇ ਸ਼ੋਰੂਮ ਆ ਠੀਕ ਹੈ ਤੁਸੀਂ ਕਦੋਂ ਵੀ ਇੱਥੇ ਵਿਜ਼ਿਟ ਕਰ ਸਕਦੇ ਹੋ ਤੇ ਅੰਕਲ ਜੀ ਦਾ ਨੰਬਰ ਆ ਜਿਹੜਾ ਸਕਰੀਨ ਦੇ ਉੱਤੇ ਆਈ ਜਾਂਦਾ ਠੀਕ ਹੈ ਤੇ ਚਲੋ ਆਪਾਂ ਹੁਣ ਬਹੁਤਾ ਟਾਈਮ ਨਹੀਂ ਲੈਂਦੇ ਤੇ ਸੋਨਾਲੀਕਾ ਟਾਈਗਰ DI-65 CRDI ਇੰਜਨ ਦੀ ਆਪਾਂ ਫੁੱਲ ਨੌਲੇਜ ਦੇਵਾਂਗੇ। ਇੱਕ ਤਾਂ ਅੰਕਲ ਜੀ ਜਿਵੇਂ ਆਪਾਂ ਦੀ ਸਟਾਰਟਿੰਗ ਤੋਂ ਦੇਖੀਏ ਤਾਂ ਕਲਰ ਆ ਜੀ ਜਿਹੜਾ ਹਨਾ ਬੜਾ ਸ਼ਾਈਨ ਕਰਦਾ ਜੀ ਤੇ ਬੜਾ ਸੋਹਣਾ ਕਲਰ ਆ ਜੀ ਹਨਾ ਇਹਦਾ ਜੀ ਇਹ ਜਿਹੜਾ ਕਲਰ ਆ ਇਹ
ਕਾਰ ਕਲਰ ਆ ਡੀਕੋ ਆ ਠੀਕ ਹੈ ਜੀ ਇਹ ਜਾਨੀ ਦੀ ਮੈਟੈਲਿਕ ਹੈ ਇਹ ਜਾਨੀ ਦੀ ਜਿਹੜਾ ਕਾਰਾਂ ਦਾ ਕਲਰ ਹੈਗਾ ਕਾਰਾਂ ਦਾ ਉਹ ਕਲਰ ਆ ਇਹ ਠੀਕ ਹੈ ਜੀ ਜਾਨੀ ਦੀ ਇਹ ਕੋਸਟਰੀ ਜਿਹੜੇ ਕਾਰਾਂ ਦਾ ਜਿਹੜੀਆਂ ਹੈਗੀਆਂ ਹਾਂਜੀ ਲਗਜ਼ਰੀ ਗੱਡੀਆਂ ਹੈਗੀਆਂ ਠੀਕ ਉਹਨਾਂ ਵਾਲਾ ਕਲਰ ਇਹ ਜਿਹੜਾ ਸੋਨਾਲੀਕਾ ਟਰੈਕਟਰ ਟਾਈਗਰ ਆ ਉਹਦਾ ਇਹ ਕਲਰ ਆ ਜੀ ਠੀਕ ਹੈ ਜੀ ਹਾਂਜੀ ਇਹ ਜ਼ਿਆਦਾਤਰ ਮਤਲਬ ਵਧੀਆ ਕੰਪਨੀਆਂ ਹੀ ਯੂਜ਼ ਕਰਦੀਆਂ ਜੈਸੇ ਟਾਟਾ ਹੋ ਗਏ ਮਹਿੰਦਰਾ ਹੋ ਗਈ ਉਹਦਾ ਇਹ ਕਲਰ ਗੱਡੀਆਂ ਪਰ ਇਫੈਕਟ ਕਰਦਾ ਲੇਕਿਨ ਸੋਨਾਲੀਕਾ ਟਰੈਕਟਰ ਕੰਪਨੀ ਨੇ ਇਹ ਟਰੈਕਟਰ ਨੂੰ ਹੀ ਉਹ ਕੀਤਾ ਹੈ ਮਤਲਬ ਵਧੀਆ ਸੋਚ ਰੱਖਦੀ ਹਾਂ ਜੀ ਹਾਂ ਜਾਨੀ ਦੀ ਇਹ ਕੰਪਨੀ ਨਾਲ ਦੀ ਨਾਲ ਸਾਡਾ ਦੇਖਦੀ ਆ ਬ੍ਰਾਂਡ ਵੀ ਦੇਖਦੀ ਆ ਵੀ ਮੇਰਾ ਟਰੈਕਟਰ ਮਾਰਕੀਟ ਦੇ ਵਿੱਚ ਫਿਰ ਇਹਦਾ ਸੋਹਣਾ ਵੀ ਲੱਗੇ ਸੋਹਣਾ ਵੀ ਲੱਗੇ ਕੱਲਾ ਇਹ ਵਾਹਣ ਵਾਸਤੇ ਨਹੀਂ ਸੋਹਣਾ ਕਾਰ ਵਾਂਗੂ ਇਹ ਟਰੈਕਟਰ ਆ ਜਿਹੜਾ ਲੁੱਕ ਦੇਖੋ ਮੂਹਰੋਂ ਜੀ ਕਾਰ ਵਰਗੀ ਲੁੱਕ ਆ ਗਈ ਕਾਰ ਵਰਗੀ ਆ ਦੇਖੋ ਡਿਜ਼ਾਈਨ ਇਹਨੂੰ ਯੂਰਪ ਸਮੂਥ ਸ਼ਿਫਟਿੰਗ ਇਹਨਾਂ ਦਾ ਮਤਲਬ ਕੀ ਹੈ ਜੀ ਜਿਹੜਾ ਇਹ ਡਿਜ਼ਾਈਨ ਹੈ ਵੀਰ ਜੀ ਪਹਿਲਾਂ ਤਾਂ ਤੁਸੀਂ ਇਹ ਫਰੰਟ ਤੋਂ ਡਿਜ਼ਾਈਨ ਦੇਖੋ ਜੀ ਇਹ ਜਿਹੜਾ ਡਿਜ਼ਾਈਨ ਹੈ ਯੂਰਪ ਹੈ ਡਿਜ਼ਾਈਨ ਇਨ ਯੂਰਪ ਹਾਂ ਇਹ ਉੱਥੋਂ ਅਵੇਲੇਬਲ ਹੋਇਆ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤਾ ਕੰਪਨੀ ਨੇ ਦੇਖਿਆ ਉੱਥੇ ਕਿ ਆਹ ਡਿਜ਼ਾਈਨ ਜ਼ਿਆਦਾ ਜੀ ਹਾਈਲਾਈਟ ਹੋ ਰਿਹਾ ਇਸ ਲਈ ਉਹ ਇੰਡੀਆ ਦੇ ਵਿੱਚ ਵੀ ਲਾਂਚ ਹੋਇਆ ਜੀ ਫਿਰ ਸਮੂਥ ਸ਼ਿਫਟਿੰਗ ਜਿੱਦਾਂ ਆਪਾਂ ਗੇਰਾਂ ਗੁਰਾਂ ਦਾ ਕਹਿ ਦਿੰਦੇ ਕਿ ਇਹਦੇ ਸਮੂਥ ਬਿਲਕੁਲ ਸਮੂਥ ਯੂਜ਼ ਹੋਊਗੇ ਠੀਕ ਹੈ ਕੋਈ ਵੀ ਇਹ 'ਚ ਉਹ ਨਹੀਂ ਹੈ ਤਾਂ ਕਰਕੇ ਇਹਨੂੰ ਸਮੂਥ ਸ਼ਿਫਟਿੰਗ ਲੀਵਰ ਲਿਖਤਾ ਹਾਂਜੀ ਠੀਕ ਈ ਐਕਸ ਐਸ ਓ ਸੈਂਸਿੰਗ ਹਾਈਡ੍ਰੋਲਿਕ ਮਤਲਬ ਇਹਦੀ ਇੱਕ ਲਿਫਟ ਕਪੈਸਿਟੀ ਜਿੱਦਾਂ ਆਪਾਂ ਕਹਿੰਦੇ ਨੇ ਕਿ ਸਾਨੂੰ ਵਾਰ ਵਾਰ ਯੂਜ਼ ਕਰਨੀ ਪੈਂਦੀ ਬਹਾਈ ਵੱਲ ਲਿਫਟ ਕਪੈਸਿਟੀ ਵਿੱਚ ਜਾਂਦੇ ਅਤੇ ਉਹ ਚੀਜ਼ ਹੈ ਹੁਣ ਸੈਂਸਿੰਗ ਇਹਦੀ ਜਿਹੜੀ ਸੈਂਸਿੰਗ ਹੈ ਉਹ 5G ਆ ਗਈ ਜੀ ਮਤਲਬ ਜੇ ਸਾਡੇ ਕਲਟੀਵੇਟਰ ਬਾਲ ਜਿੰਨਾ ਵੀ ਉੱਪਰ ਨੀਚੇ ਹੋ ਰਹੀ ਹੈ ਤਾਂ ਇਹ ਖੁਦ ਵਰਕਿੰਗ ਕਰੂੰਗੀ ਠੀਕ ਹੈ ਹਾਂਜੀ ਉਹ ਸੈਂਸਿੰਗ ਦਾ ਮਤਲਬ ਹੁੰਦਾ ਉਹ ਸੈਂਸਿੰਗ ਹੈ ਜਿੱਦਾਂ ਹੀ ਸੈਂਸਿੰਗ ਹੋਈ ਤਾਂ ਇਹਨੇ ਆਪਣੇ ਆਪ ਓਪਰੇਟ ਕਰ ਲੈਣਾ ਠੀਕ ਹੈ ਹਾਂਜੀ 5G ਇੰਨੀ ਵਧੀਆ ਤਕਨੀਕ ਹੈ ਆਪਣੀ ਵਧੀਆ ਹੈਗੀ ਠੀਕ ਹੈ ਜੀ ਅਤੇ 2200 ਇਹਦੀ ਲਿਫਟ ਕਪੈਸਿਟੀ KG ਹੈ ਠੀਕ ਹੈ ਜੀ ਔਰ IPTO ਹੈ PTO ਦਾ ਕਲੱਚ ਵੀ ਇਹਦਾ ਹੱਥ 'ਚ ਹੈ ਪਹਿਲਾਂ ਕਿਹਾ ਹੁੰਦੇ ਸੀ ਕਿ ਪੈਰਾਂ ਦੇ ਵਿੱਚ ਹੀ ਡਬਲ ਕਲੱਚ ਯੂਜ਼ ਹੁੰਦਾ ਤਾ ਠੀਕ ਹੈ ਉਹ ਦੋਨੋਂ ਕਲੱਚ ਪੈਰਾਂ 'ਚ ਤਾਂ ਉਹਦੀ ਮੇਨਟੇਨੈਂਸ ਪੈ ਜਾਂਦੀ ਠੀਕ ਹੈ ਜੀ PTO ਕਲੱਚ ਆਪਾਂ ਹੱਥ 'ਚ ਦੇ ਦਿੱਤਾ ਜੀ ਠੀਕ ਹੈ ਇੱਧਰ ਇੱਥੇ ਸਮਝ ਲਓ ਤੁਸੀਂ ਕੱਲ੍ਹ ਨੂੰ ਕੋਈ ਵੀ ਵਰਕਿੰਗ ਕਰ ਰਹੇ ਹੋ ਜੀ ਮਤਲਬ ਛਲੀਆਂ ਵਾਲੀ ਮਸ਼ੀਨ ਜਾਂ ਕੋਈ ਇੰਪਲੀਮੈਂਟ PTO ਵਾਲਾ ਜੀ ਅਤੇ ਉਹਦਾ ਕਲੱਚ ਅਸੀਂ ਇਹ ਹੱਥ 'ਚ ਅਵੇਲੇਬਲ ਹੈ ਇਸ ਵੇਲੇ ਠੀਕ ਹੈ ਜੀ ਮਤਲਬ ਜਿਹੜਾ ਕੋਈ ਟਰੈਕਟਰ ਚਲਾ ਰਿਹਾ ਆਸਾਨੀ ਨਾਲ ਹੀ ਹੱਥ 'ਚ ਆਏ ਬਿਲਕੁਲ ਸਾਰਾ ਟਰੈਕਟਰ ਹੱਥ ਹੀ ਰਹਿ ਜਾਂਦਾ ਪਿਛਲੀ ਮਸ਼ੀਨਰੀ ਇਕੱਲੀ ਰੋਕਣੀ ਹੈ ਤਾਂ ਉਹ PTO ਦੇ ਕਲੱਚ ਨਾਲ ਰੁਕ ਜੂਗੀ ਠੀਕ ਹੈ ਜੀ ਅਤੇ ਲੋਰਾ ਨਾ ਜੀ ਹਾਂਜੀ ਆਪਾਂ ਨਾ ਜਿਵੇਂ ਅੱਗੇ ਗੱਲ ਕਰੀ ਜਾਂਦੇ ਸੀ ਜੀ ਅਤੇ ਇੱਧਰ ਜਿਵੇਂ ਹੁਣ ਆਪਾਂ ਲਾਈਟਾਂ ਤੋਂ ਸਟਾਰਟ ਕਰ ਲਈਏ ਜੀ ਹੈ ਨਾ ਇਹਦੇ ਅਤੇ ਜਿਹੜੀਆਂ ਇਹਦੀਆਂ ਲਾਈਟਾਂ ਨੇ ਜੀ ਇੱਥੇ ਦੀ LED ਫਿਨਿਸ਼ਿੰਗ ਦੇਤੀ ਜੀ ਹੈ ਨਾ ਬਿਲਕੁਲ ਬਿਲਕੁਲ ਇਹ ਇਹੀ ਡਿਜ਼ਾਈਨ ਹੈ ਜਿਹੜਾ ਜਿਹੜਾ ਤੁਸੀਂ ਪਹਿਲਾਂ ਵੈਲਡਿੰਗ ਇੱਥੇ ਨਾ ਲਿਖਿਆ ਜੀ ਉਹੀ ਇਹ ਡਿਜ਼ਾਈਨ ਕੀਤਾ ਹੋਇਆ ਜੀ ਠੀਕ ਹੈ ਜੀ ਅਤੇ ਲਓ ਜੀ ਇੱਧਰ ਆਪਣੀਆਂ ਲਾਈਟਾਂ ਆ ਗਈਆਂ ਠੀਕ ਹੈ ਜੀ ਇੱਧਰ ਸੋਨਾਲੀਕਾ ਵੱਡੇ ਅੱਖਰਾਂ 'ਚ ਲਿਖਿਆ ਗਿਆ ਸੋਨਾਲੀਕਾ ਦਾ ਟਾਈਗਰ ਦਾ ਲੋਗੋ ਹੈ ਹਾਂਜੀ ਟਾਈਗਰ ਦਾ ਲੋਗੋ ਆ ਗਿਆ ਠੀਕ ਹੈ ਜੀ ਅਤੇ ਕਰਾਣਾ ਜੀ ਇਹਦੇ ਬੰਪਰ ਮਿਲਦਾ ਹੋਊ ਜੀ ਕੰਪਨੀ ਤੋਂ ਨਹੀਂ ਇਹ 'ਚ ਦੋ ਚੀਜ਼ਾਂ ਹੈ ਸਰ ਇੱਕ ਤਾਂ ਜਿੱਦਾਂ ਇਹ ਵੇਟ ਹੈ ਇਹ 72 KG ਔਰ ਇਹ 'ਚ ਫਰੰਟ ਐਕਸਲ ਆ ਗਿਆ ਫਰੰਟ ਐਕਸਲ ਕਰਕੇ ਇਹਨੂੰ ਕੰਪਨੀ ਅਥੋਰਾਈਜ਼ ਨਹੀਂ ਕਰਦੀ ਕਿ ਇਹਨੂੰ ਫਰੰਟ ਬੰਪਰ ਦਿੱਤਾ ਜਾਵੇ ਠੀਕ ਹੈ ਲੇਕਿਨ ਕਸਟਮਰ ਕਿਆ ਕਰਦੇ ਕਿ ਕੋਈ ਸ਼ੌਂਕ ਵਾਸਤੇ ਅਲੱਗ ਬੰਪਰ ਲਗਵਾਉਣਾ ਚਾਹੁੰਦਾ ਤਾਂ ਉਹਦੀ ਸਪੇਸ ਉਹਦਾ ਅਵੇਲੇਬਲ ਹੈ ਉਹ ਬਾਅਦ 'ਚ ਲਗਵਾ ਸਕਦਾ ਇਹਦੇ 'ਚ ਜੀ ਠੀਕ ਹੈ ਪਾਵਰ ਸਟੇਅਰਿੰਗ ਆ ਗਿਆ ਜੀ ਪਾਵਰ ਸਟੇਅਰਿੰਗ ਡਬਲ ਨੇ ਜੀ ਪਾਵਰ ਸਟੇਅਰਿੰਗ ਹੈ 4x4 ਹੈ ਜੀ ਅਤੇ ਤੁਸੀਂ ਇਹਦੀ ਤਕਨੀਕ ਦੇਖੋ ਤਾਂ ਸਾਰੀਆਂ ਤਕਨੀਕਾਂ ਨਾਲ ਅਵੇਲੇਬਲ ਹੈ ਇਸ ਵੇਲੇ ਟਰੈਕਟਰ ਜੀ 11/2/24 ਦੇ ਫਰੰਟ ਟਾਇਰ ਹੈ ਜੀ ਅਤੇ ਮਗਲੇ ਟਾਇਰ ਹੈ 16/30 ਦੇ ਇਹ 'ਚ ਆਪਸ਼ਨ ਹੁੰਦੀ ਹੈ 16/28 ਦੇ ਵੀ ਆਉਂਦੇ ਆ 16/30 ਦੇ ਵੀ ਹੁੰਦੇ ਠੀਕ ਹੈ ਅਤੇ ਕਸਟਮਰ ਨੂੰ ਅੱਜ ਕੱਲ੍ਹ ਜਿੱਦਾਂ ਬੜੇ ਬੜੇ ਟਾਇਰਾਂ ਦਾ ਕਰੇਜ਼ ਜਿਹਾ ਚੱਲ ਪਿਆ ਜੀ ਕਿ ਕਸਟਮਰ ਕਹਿੰਦਾ ਕਿ ਹੁਣ ਮੈਨੂੰ 16/30 ਦੇ ਅਵੇਲੇਬਲ ਵੀ ਟਾਇਰ ਵੱਡੇ ਹੋਣ ਵੱਡੇ ਹੋਣ ਅੱਜ ਆਪਣੇ ਜਿਵੇਂ ਅੱਜ ਕੱਲ੍ਹ ਜਿਵੇਂ ਆਪਣੇ ਭਰਾ ਕਹਿ ਦਿੰਦੇ ਆ ਜੀ ਹੈ ਨਾ ਵੀ ਟਾਇਰ ਵੱਡੇ ਹੋਣ ਟਰੈਕਟਰ ਬਸ ਸਿਰੇ ਹੀ ਲੱਗੇ ਜਹਾਜ਼ ਲੱਗੇ ਬਸ ਉਹੀ ਅਵੇਲੇਬਲ ਜਿੱਦਾਂ ਕੰਪਨੀ ਨੂੰ ਲੱਗਿਆ ਰਿਕੁਆਇਰਮੈਂਟ ਉੱਦਾਂ ਹੀ ਉਹਨਾਂ ਨੇ ਟਾਇਰ ਦਿੱਤਾ ਚੇਂਜ ਕਰ ਇਹ 'ਚ ਕਸਟ ਮਤਲਬ ਹਜੇ ਵੀ ਸਾਡੇ ਕੋਲ ਆਪਸ਼ਨ ਹੈਗੀ ਹੈ ਹਾਂਜੀ ਜਿੱਦਾਂ ਕਿ ਕਸਟਮਰ ਕਹੇ ਕਿ ਸਾਨੂੰ 28 ਦੇ ਚਾਹੀਦੇ ਤਾਂ 28 ਦੇ ਵੀ ਅਵੇਲੇਬਲ ਹੈ ਠੀਕ ਹੈ ਜੀ ਹਾਂਜੀ ਜੀ ਅਤੇ ਟਾਈਗਰ 65 ਇਹ ਟਰੈਕਟਰ ਜਿੱਦਾਂ ਕਿ ਤੁਹਾਨੂੰ ਡੀਲਰ ਸਾਹਿਬ ਨੇ ਦੱਸਿਆ ਆਪਣੇ ਉਹਨੇ ਕਿ ਇਹ ਟਰੈਕਟਰ
इको मोड विच है इंदा मतलब एक ही ट्रैक्टर तीन ट्रैक्टर दे पावर चढ़ के दिखा दिने रहना हां जी हां जी चलो जी ਤੁਸੀਂ ਬੈਠੋ ਜੀ ਪਹਿਲਾਂ ਉਹ ਵੀ ਚੋਪਰੋ ਤੇ ਸੋਨੂੰ ਹੁਣ ਉੱਪਰ ਬਹਿ ਕੇ ਦਿਖਾਈਏ ਸੀਆਰਡੀ ਦੀਆਂ ਗੱਲਾਂ ਬਾਤਾਂ ਜਿਹੜਾ ਕੁਝ ਵੀ ਸੋਨੂੰ ਭਰਾ ਨੂੰ ਨਹੀਂ ਪਤਾ ਲੱਗਦਾ ਕਮੈਂਟ ਕਰੀ ਜਾਓ ਤੇ ਅਸੀਂ ਤਾਂ ਤੁਹਾਡੇ ਕਮੈਂਟਾਂ ਦਾ ਰਿਪਲਾਈ ਕਰੀ ਜਾਵਾਂਗੇ ਹਾਂਜੀ ਰਾਣਾ ਜੀ ਆਪਾਂ ਆ ਗਏ ਜੀ ਉੱਪਰ ਇਹਦਾ ਜਿਹੜਾ ਡੈਸ਼ਬੋਰਡ ਵਾਲਾ ਅੱਗੇ ਵਾਲਾ ਸਿਸਟਮ ਆ ਨਾ ਉਹ ਸਾਰਾ ਦਿਖਾਉਣ ਤੇ ਹਾਂਜੀ ਕੀ ਗੱਲ ਬਾਤ ਆ ਜੀ ਜਿਹੜੀ ਸੀਆਰਡੀ ਦੀ ਆਪਾਂ ਕਲੀਅਰ ਕਰ ਲਈਏ ਪਹਿਲਾਂ ਤਾਂ ਆਪਣੇ ਕਸਟਮਰਾਂ ਨੂੰ ਅੱਜ ਕੱਲ੍ਹ ਡਿਮਾਂਡ ਕੀ ਚਾਹੀਦੀ ਕਸਟਮਰ ਨੂੰ ਹਾਈ ਲੋ ਮੀਡੀਅਮ 3 ਸਪੀਡ ਦੇ ਵਿੱਚ ਇਹ ਟਰੈਕਟਰ ਹੋਣਾ ਚਾਹੀਦਾ ਜੀ ਇਹ 3 ਸਪੀਡ ਦੇ ਵਿੱਚ ਟਰੈਕਟਰ ਹੈ ਵਿਦ ਚੇਂਜਰ ਗੇਅਰ ਜਿਸ ਗੇਅਰ ਚ ਅੱਗੇ ਜਾਂਦਾ ਉਸੇ ਗੇਅਰ ਚ ਪਿੱਛੇ ਯੂਜ਼ ਹੋ ਰਿਹਾ ਠੀਕ ਹੈ ਸ਼ਿਫਟਿੰਗ ਕਹਿੰਦੇ ਹੁੰਦੇ ਵੈਸੇ ਇਹਨੂੰ ਸ਼ਿਫਟ ਗੇਅਰ ਹੈ ਜੀ ਪਰ ਆਪਾਂ ਦੋਨੋਂ ਚੀਜ਼ਾਂ ਜੋ ਤੁਹਾਨੂੰ ਅਵੇਲੇਬਲ ਦਿੱਤੀਆਂ 3 ਸਪੀਡ ਵੀ ਹੈਗਾ ਤੇ ਚੇਂਜਰ ਗੇਅਰ ਵੀ ਹੈ ਚੇਂਜਰ ਵੀ ਹੈ ਠੀਕ ਹੈ ਜੀ ਉਹਦੇ ਬਾਅਦ ਹੁਣ ਆ ਗਿਆ ਸੀਆਰਡੀ ਦਾ ਇਕੋ ਮੋਡ ਵਾਲਾ ਸਿਸਟਮ ਜੀ ਤੇ ਪਹਿਲਾਂ ਤਾਂ ਤੁਸੀਂ ਇਹਦਾ ਮੀਟਰ ਦੇਖ ਲਓ ਡਿਜੀਟਲ ਮੀਟਰ ਹੈ ਹਰੇਕ ਚੀਜ਼ ਚ ਚਾਬੀ ਔਨ ਕਰਕੇ ਅਵੇਲੇਬਲ ਹੋ ਜਾਣੀ ਤੁਹਾਨੂੰ ਪਤਾ ਲੱਗ ਜਾਣਾ ਕਿ ਇਹਦਾ ਕੋਈ ਵੀ ਫੰਕਸ਼ਨ ਸਾਰੇ ਮੋਡ ਆ ਗਏ ਕੋਈ ਵੀ ਸੈਂਸਰ ਵਰਕਿੰਗ ਆਪਣੀ ਛੱਡੂਗਾ ਤਾਂ ਉਹ ਇੱਥੇ ਅਵੇਲੇਬਲ ਹੋ ਜਾਣੀ ਉਹਦੇ ਗਾਈਡ ਕੀ ਇਹ 'ਚ ਹੈ ਸੈਂਸਿੰਗ ਕੰਮ ਨਹੀਂ ਕਰ ਰਿਹਾ ਜੀ ਉਹ ਚੀਜ਼ ਤੁਹਾਨੂੰ ਮੀਟਰ ਪਰ ਕੋਈ ਵੀ ਪ੍ਰੋਬਲਮ ਆਉਂਦੀ ਉਹਦਾ ਆਪਾਂ ਨੂੰ ਲੋਗੋ ਸ਼ੋਅ ਹੋਣ ਲੱਗਦਾ ਹਾਂਜੀ ਲੋਗੋ ਸ਼ੋਅ ਜੀ ਸਟਾਰਟ ਕਰਕੇ ਦਿਖਾਉਣੇ ਆ ਹੁਣ ਤੁਹਾਨੂੰ ਠੀਕ ਹੈ ਜੀ ਦੇਖ ਲਓ ਸਾਊਂਡ ਦੇਖ ਲਓ ਜੀ ਪੂਰੀ ਪ੍ਰੋਪਰ ਹੈ ਅਤੇ ਇਹਦੇ ਵਿੱਚ ਭਾਅ ਜੀ ਜਿੱਦਾਂ ਆਪਾਂ ਯੂਜ਼ ਕਰਨਾ ਇਕੋ ਮੋਡ 65 ਐਚ ਪੀ ਦਾ ਟਰੈਕਟਰ ਹੈ ਇਸ ਵਕਤ ਜੀ ਅਤੇ 65 ਨੂੰ ਆਪਾਂ 48 'ਚ ਕਰ ਰਹੇ ਤਾਂ ਇਸ ਵੇਲੇ 48 ਐਚ ਪੀ ਇੱਥੇ ਇਕੋ ਮੋਡ ਹਾਂਜੀ ਨੋਰਮਲ ਮੋਡ 'ਤੇ ਆ ਗਈ 55 ਐਚ ਪੀ ਜੀ ਸਮਝ ਲਓ ਤੁਸੀਂ ਰੋਡ ਪਰ ਲੈ ਕੇ ਜਾ ਰਹੇ ਹੋ ਪਹਿਲਾਂ 48 ਥਾ ਜੀ ਕੋਈ ਫਲਾਈਓਵਰ ਆ ਗਿਆ ਹਿਲ ਏਰੀਆ ਮਗਰ ਵੇਟ ਹੈ ਅਤੇ ਉਹ 'ਚ ਤੁਹਾਨੂੰ 55 ਐਚ ਪੀ ਚਾਹੀਦੇ ਤਾਂ ਉਹਨੂੰ ਯੂਜ਼ ਉਸ ਵਕਤ ਕਰ ਸਕਦੇ ਹਾਂ ਜੀ ਉਸ ਵੇਲੇ ਉਹ ਇੱਕੋ ਮੋਡ ਸ਼ੋਅ ਹੋ ਜਾਣਾ ਇੱਥੇ ਅਵੇਲੇਬਲ ਆ ਜਾਣਾ ਜੀ ਕੀਨ ਵਰਕਿੰਗ ਸਟਾਰਟ ਕਰਤੀ 60 ਪਾਵਰ ਮੋਡ 'ਤੇ ਹੈ 65 ਐਚ ਪੀ ਅਤੇ ਪਾਵਰ ਮੋਡ ਤੋਂ 65 ਪਰ ਚੱਲ ਗਿਆ ਜੀ ਅਤੇ ਇਹਦੇ ਫਿਰ ਸਕਰੀਨ ਦੇ ਉੱਤੇ ਪਾਵਰ ਮੋਡ ਆਉਂਦਾ ਨਹੀਂ ਜੀ ਕੋਈ ਸੈਨ ਨਹੀਂ ਉਹ ਸੈਂਸਿੰਗ ਇਹਦੇ 'ਚ ਨਹੀਂ ਆਉਣੀ ਲੇਕਿਨ ਜਿਸ ਵੇਲੇ ਵਰਕਿੰਗ ਹੋਣੀ ਉਸ ਵੇਲੇ ਇਹਨੇ ਦੱਸ ਦੇਣੀ ਉਸ ਵੇਲੇ ਦੱਸ ਦੇਣੀ ਹਾਂਜੀ ਉਸ ਵੇਲੇ ਮਤਲਬ ਖੜੇ ਦੇਣੀ ਸ਼ੋਅ ਹੁੰਦਾ ਹਾਂਜੀ ਖੜੇ ਉਹ ਜਿਸ ਵੇਲੇ ਵਰਕਿੰਗ ਹੋਣੀ ਉਸ ਵੇਲੇ ਇਹਨੇ ਆਪਣੀ ਸਪੀਡ 'ਤੇ ਹੀ ਦੱਸ ਦੇਣਾ ਕਿ ਮੈਂ ਇਕੋ ਮੋਡ ਪਰ ਚੱਲ ਰਿਹਾ ਜਾਂ ਨੋਰਮਲ ਮੋਡ 'ਤੇ ਜਾਂ ਪਾਵਰ ਮੋਡ 'ਤੇ ਜੀ ਉਹ ਚੀਜ਼ ਇਹਦੇ ਪਰ ਸ਼ੋਅ ਹੋ ਜਾਏ ਜੀ ਲਓ ਜੀ ਆਪਾਂ ਨੂੰ ਰਾਣਾ ਜੀ ਨੇ ਬੜਾ ਵਧੀਆ ਦੱਸਿਆ ਹੈ ਨਾ ਅਤੇ ਇੱਕ ਰਾਣਾ ਜੀ ਇਹ ਗੱਲਬਾਤ ਜ਼ਰੂਰ ਕਹਿ ਦਈਏ ਜੀ ਵੀ ਜਿਹੜੀ ਸੀਆਰਡੀ ਦੇ 4x4 ਦੇ ਇੱਕ ਨਾਲ ਹੁੱਡ ਦੇ ਦੀ ਜੀ ਹੈ ਨਾ ਹਾਂਜੀ ਵੀ ਆਪਾਂ ਨੂੰ ਅਲੱਗ ਤੋਂ ਲਵਾਉਣ ਦੀ ਨਹੀਂ ਲੋੜ ਹੈਗੀ ਬਿਲਕੁਲ ਇਹ ਕੰਪਨੀ ਫਿਟਡ ਇਸ ਵੇਲੇ ਹੁੱਡ ਜੀ ਤੁਸੀਂ ਜਿਹੜੀ ਬਾਹਰੋਂ ਲਗਵਾਉਂਦੇ ਆ ਪਹਿਲਾਂ ਤਾਂ ਉਹ ਸਪੇਸ ਕਢਾਉਂਦੀ ਹੈ ਜੀ ਉਹ 'ਚ ਕਈ ਚੀਜ਼ਾਂ ਨੂੰ ਤੁਹਾਨੂੰ ਕੱਟ ਵੱਢ ਕਰਨੀ ਪੈਂਦੀ ਲੇਕਿਨ ਜਿਹੜੀ ਕੰਪਨੀ ਫਿਟਡ ਹੈ ਡਾਇਰੈਕਟ ਐਕਸਲ ਦੇ ਉੱਪਰੋਂ ਫਿਟਿੰਗ ਹੈ ਔਰ ਜਿਹੜੇ ਹਾਂਜੀ ਔਰ ਜਿਹੜੇ ਇਹਦੇ ਮਗਰਾਟ ਹੈ ਉਹ ਇਹਦੇ ਨਾਲ ਹੁੱਡ ਦੇ ਨਾਲ ਫਿਟਡ ਹੈ ਜੀ ਹੈਵੀ ਵੇਟ ਦੇ ਨਾਲ ਜੀ ਅਤੇ ਪਲੱਸ ਸਰ ਜਿੱਦਾਂ ਤੁਸੀਂ ਇਹਦੇ ਹੁੱਡ ਦੀ ਇਹਦੀ ਪਲੇਟ ਦੇਖ ਸਕਦੇ ਹੋ ਸਭ ਤੋਂ ਹੈਵੀ ਦੇ ਵਿੱਚ ਦਿੱਤੀ ਹੋਈ ਹੈ ਜੀ ਮਤਲਬ ਤੁਹਾਨੂੰ ਕੱਲ੍ਹ ਨੂੰ ਇਹ ਨਹੀਂ ਹੈ ਕਿ ਬਾਹਰਲੀ ਜਿੱਦਾਂ ਕਸਟਮਰ ਬਾਹਰੋਂ ਲਗਵਾਉਂਦੇ ਤਾਂ ਉਹ ਕਿਸ ਵੇਲੇ ਟਿਊਬ ਨੂੰ ਭੰਨ ਦਿੰਦੀ ਜਾਂ ਆਪਣਾ ਹੁੱਡ ਟੁੱਟ ਜਾਂਦੀ ਹੈ ਉਹ ਚੀਜ਼ ਨਹੀਂ ਹੈ ਜੀ ਕੰਪਨੀ ਫਿਟਡ ਹੈ ਓਰੀਜਨਲ ਉਹਦੇ ਵਿੱਚ ਠੀਕ ਹੈ ਜੀ ਹਾਂਜੀ ਜੀ ਤੇ ਠੀਕ ਹੈ ਤੇ ਕਿਹਦਾ ਆਪਾਂ ਪਲੇਟਫਾਰਮ ਦੀ ਗੱਲ ਕਰੀਏ ਜੀ ਪਲੇਟਫਾਰਮ ਆ ਜਿਹੜਾ ਬੜਾ ਖੁੱਲ੍ਹਾ ਜੀ ਹੈ ਨਾ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਸੀਟ 'ਤੇ ਬੈਠੋ ਤਾਂ ਬੜੀ ਆਰਾਮਦਾਰੀ ਨਾਲ ਬੈਠੇ ਹੋ ਹਾਂਜੀ ਤੁਹਾਨੂੰ ਇੱਕਦਮ ਗੱਡੀਆਂ ਦੀ ਫੀਲਿੰਗ ਆਉਣੀ ਤੁਸੀਂ ਖੁਦ ਵੀ ਬੈਠ ਕੇ ਦੇਖ ਸਕਦੇ ਹੋ ਜੀ ਮੈਂ ਵੀ ਟਰਾਈ ਕਰਦਾ ਬੈਠ ਬਿਲਕੁਲ ਬਿਲਕੁਲ ਮੇਰੇ ਮਨ 'ਚ ਵੀ ਨਾ ਭੁਲੇਖਾ ਰਹਿ ਜੇ ਮੇਰੇ ਮਨ 'ਚ ਵੀ ਨਾ ਭੁਲੇਖਾ ਰਹਿ ਜੇ ਵੀ ਆਪਣੇ ਚੋਬਰਾਂ ਨੂੰ ਬੈਕ ਹੀ ਨਹੀਂ ਦਿਖਾਇਆ ਮੈਨੂੰ ਤਾਂ ਪੂਰਾ ਵਧੀਆ ਲੱਗ ਰਿਹਾ ਐਂ ਲੱਗਦਾ ਵੀ ਜਿਵੇਂ ਨਾ ਰਾਣਾ ਜੀ ਜਿਵੇਂ ਸੋਫੇ 'ਤੇ ਬੈਠੇ ਹੁੰਦੇ ਆ ਨਾ ਬਿਲਕੁਲ ਬਿਲਕੁਲ ਉਹ ਗੱਡੀਆਂ ਵਾਲੀ ਫੀਲਿੰਗ ਆਉਂਦੀ ਹੈ ਜੀ ਹਾਂਜੀ ਕਾਰਾਂ ਵਾਲੀ ਜੀ ਜਿਵੇਂ ਕਿਤੇ 40-50 ਲੱਖ ਵਾਲੀ ਕਾਰ 'ਤੇ ਬਹਿ ਗਏ ਹੁੰਦੇ ਆ ਸੱਚੀ ਐਂ ਲੱਗਦਾ ਹੈਗਾ ਕਿਉਂਕਿ ਟਰੈਕਟਰ ਇੱਕ ਉੱਚਾ ਵੀ ਹੈਗਾ ਬਿਲਕੁਲ ਜੀ ਹਾਈਟ ਵੀ ਇਹ ਵੀ ਗੱਲ ਹੈ ਜੀ ਅਤੇ ਇਹ 'ਚ ਸਰ ਇਹ 'ਚ 4 ਔਰ 2 ਵੀਲ ਦੀ ਆਪਸ਼ਨ ਵੀ ਹੈਗੀ ਹੈ ਜੀ ਮਤਲਬ ਆਪਾਂ ਬਾਈ ਰੋਡ ਕਰਨਾ ਹੈ ਤਾਂ 2 ਵੀਲ ਔਰ 4 ਵੀਲ 'ਚ ਵੀ ਆਪਾਂ ਯੂਜ਼ ਕਰ ਸਕਦੇ ਹਾਂ ਠੀਕ ਹੈ ਇਹ ਹੈਗੇ ਠੀਕ ਹੈ ਜੀ ਇੱਧਰ ਆ ਗਏ ਬਿਲਕੁਲ ਕਾਰਾਂ ਕੋ ਹੈਂਡ ਬ੍ਰੇਕ ਆ ਗਏ ਜੀ ਜੀ ਹੈਗਾ ਪੀ ਟੀ ਓ ਵਾਲਾ ਗੇਅਰ ਆ ਗਿਆ ਠੀਕ ਹੈ ਜੀ ਪੀ ਟੀ ਓ ਆਰ ਪੀ ਐੱਮ 540 ਪੀ ਟੀ ਓ ਦੇ ਚੱਕਰ ਵਾਲਾ ਠੀਕ ਹੈ ਜੀ ਅਤੇ ਇੱਧਰ ਠੀਕ ਹੈ ਪੀ ਟੀ ਓ ਆਨ ਆਫ ਵਾਲਾ ਗੇਅਰ ਆ ਗਿਆ ਜੀ ਹਾਂਜੀ ਠੀਕ ਹੈ ਇੱਧਰ ਤੁਹਾਡੇ ਨੋਰਮਲੀ 4 ਮੋਡ ਆ ਗਏ ਸਰ ਜੀ 12+ ਇਹਨੂੰ 12 ਤਾਂ ਕਹਿੰਦੇ ਆ ਜਿੱਦਾਂ
हाई लो च चार हो गए, मीडियम च चार हो गए, हाई च चार हो गए जी। 12 प्लस 12 रिवर्स दे भी वही 12 आ जाने जी, तो यह 12 प्लस 12 कहलाया जाता है। ठीक है जी। इधर अपना लिफ्ट वाले दोनों लीवर आ गए जी, है ना? हाँ जी, ये लिफ्ट वाले है, ये अपना डेफ्थ लीवर है, इस आप गहराई नापी जाती है, यूज वहाई वाला यही होना जी। जी हाँ जी, डिस्ट्रीब्यूटर भी लगा हुआ है, फंक्शन सारे अवेलेबल है, कोई भी इदा का वो नहीं है जी। ठीक है जी। तो एक ना जिम्मे कह सकते भी पिछों खड़ के ही बंदा इन्हू ऑपरेट कर सकता है जी, ना जिम्मे लीवर ना दिता। हाँ जी हाँ जी, ठीक है इस तरह। इंप्लीमेंट अजकल सरकार ने काफ़ी वह किए हुए है कि बड़े बड़े इंप्लीमेंट आ रहे तो वो तकनीक के हिसाब न साढ़ा ये जो पेंड है भी प्रोपर कामयाब ट्रैक्टर है। ये तुम तूड़ी अपना अचार वाली भी चला सकते हो, 3 MB प्लो भी चला चलो। हाँ जी हाँ जी, सेंसिंग सुपर सीडर हो गया, 3 MB प्लो हो गए, बोटम वाले रिवर्सिबल वो दोनों यूज हो जाने, दोनों इतने यूज हो गए। हाँ जी हाँ जी, ठीक है। लो राणा जी हम आप थले चलीए जी, है ना? तो एक गल मैं जरूर सारे चोबरों को कहना भी आ देखो जी, मैं अपना इधर दो लाए हुए फोटो रेस्ट, ठीक है, आए उत्तर जो नज़ारे नाल आ उत्तर के लिए आ जाओ जी। राणा जी ये देखो पैर देखो कितने टिकता राणा जी का, आए उत्तर के, ठीक है। जेडा फोटो रेस्ट का फायदा बहुत है कि जिम्मे अपने बच्चे भी आसानी उपर चढ़ सकते हैं। एक राणा जी ये जी इंजन की आप बोनट चक्के दिखाईए जी, जी इंजन की जी अंदरूनी तकनीक है जी, अंदरलिया गलां ने वो जरूर आप अपने चोबर के सारे के पल्ले पाउनी जी। हूँ भाजी एक थोनों स्टार्टिंग वाले दसिया था CRD कॉमन रिले डायरेक्ट इंजन जी, रिले आ गई है गड्डिया वाली, ठीक है। CRD की फुल फॉर्म दोबारे बोलो जी, की कॉमन रिले डायरेक्ट इंजेक्शन, कॉमन रिले डायरेक्ट इंजेक्शन इंजेक्शन। हाँ जी, इन्हें मतलब जिदा तुसी नॉर्म अपनी गड्डियां यूज कर रहे हो जी, तो वो गड्डिया दे विच हुंदी रिले, वो रिले है यही उन्हों। हाँ जी, ये रिले आ गई जी, इन दे विच आ जांदा EGR हुंदा सर, एक EGR जिहड़ा वो कवर दे नीचे फिटड है जी, तुसी चाबी ऑन कीती तो उन EGR नूं करंट देता जी, जिहड़ा EGR उन करंट अगे इन्हां नूं 3-5 मेन है जेडे सेंसर उन्होंने करंट पहुंचाना, एक फ्यूल नो, एक क्लच नो, एक रेस नो जी, 3-2 है जेडे जिदा आ गया माइको का पंप, ये देखो तुसी ये सेंसर आया इन रिले च भेजना, रिले ने अगे इंजन च भेजना जी। जी हाँ जी, ऐ हो गया, ठीक है। हाँ जी, ये डिवाइड है जिदा तो अदर कंपनियां कह दें जी साढ़े 6 सिलेंडर हो गए, 6 नहीं है, है सिलेंडर 4 ही होंगे ट्रैक्टर, जड़िया ये रिले वाली 2 पाइपा एक्सट्रा जोड़ दियाँ, यह होंगे कि उन्हें बराबर च तेल कंज्यूम ज्यादा जी। हाँ जी, ठीक है, ये गलबात हो गई जी, बिल्कुल बिल्कुल ठीक है। तो इधरली साइड तो दसीए जी CRD आप, एक ना जी आप इधरली साइड तो दसन तो पहले एक दो गल् थोड़ी अगे तो गल भी ड्राई एयर क्लीनर आ गया जी। हाँ जी, सुखा एयर क्लीनर है सर जी, अगर आने वाले टाइम च एयर क्लीनर यूज ही यही होने जी। हाँ जी, तेल वाले DI शो दे विच है वो अवेलेबल है, उनका ट्रेंड खत्म हो जाना। हाँ जी, उनका ट्रेंड बिल्कुल ही 2025 तक खत्म हो जाना जी। जी हाँ जी, लो जी अपन इधरले पासे आ जाइए, तो एक ना राणा जी जिवें आप साइलेंसर देखिए भी बड़ी अलग लुक दिंदा जी, है ना? ये साइलेंट साइलेंसर है जिहड़ा, ये साइलेंट है बिल्कुल, मतलब एक तुसी स्टार्टिंग वाले इहदी साउंड देखी थी जी, कि नॉर्मल मोड ते इन्होंने काफ़ी वधिया वो आवाज़ कढ़ी है, वो इस डक्ट दी वजह नाल है जी, मतलब इहदे विच जिहड़ा डक्ट है इहनूं साइलेंट जमा ठंडी हवा करके दोबारा इंजन भेज दिंदा, जिहड़ी माड़ी मोटी हवा मतलब आपां प्रदूषण कह सकते हैं वो थोड़ा बहुत ये थ्रू निकलना, बाकी ये रीसर्कुलर है जी, ये रीसर्कुलर है यदा, ये देखो तुसी EGR सिस्टम लगा हुआ, ये EGR इन्हों दोबारा इंजन जिहड़ी आपां जिन्नी समय इंजन स्टार्ट होया जिन्ना भी प्रदूषण उन्होंने पैदा किया वो बाहर निकलना, बाहर के बाद चो उन्होंने ये आप रखे हुआ ढोलकी ये हवा बैक आ गए ठंडी हो गए अगे रीसर्कुलर हो जानी डायरेक्ट इंजन दोबारा, इंजन दोबारा, ठीक है। जिदा करके कहने आप पोल्यूशन जोड़ा 70% खत्म हो गया, 70% खत्म, 70-80% ये 20% थोनों वो शो होना, वो भी जे आप टाइम टू ये सर्विस ना कराइए
जी ता शो होना अदरवाइज कोई भी दिक्कत वाली परेशानी वाली कोई जी ठीक है। लो जी इतले पासे पे जेड़ा बैटरी बॉक्स है जेड़ा एक नवा डिजाइन दिता हुआ बैटरी बॉक्स नु बैटरी बॉक्स और ये फ्रंट मगराट है यस्टेबल मगराट है ये तुसी ये यूज देखो दे इस तरह आप हां जी मतलब कटाई वाला भी थोनो मैं स्टार्टिंग वाला करके कटाई दस देना इनदी हां जी हिम्मत जी बैठे जरा ऊपर ठीक है। लो जी हुण आपां ना जेड़ी कटाई करके दिखाइए जी है ना चोबरा नु ते ये पहला मगराट कि डैमेज ना हो जाए शो ना लग गए वो पहले ही देखो तुसी कटाई करके दोबारा हिम्मत जी इधर करो ये देखो इतने एडजस्टेबल आ गया रुक गया दूसरे पास देख लो हिमन जी करो हो गया मतलब ये टायर की कटाई बंद है आप रखी हुई कि थोड़ा मगरा डैमेज ना हो एडजस्टेबल उत्थे फिट है कि जिन्ना उन्हें जाना उन्ना चल गया वो तो अगे धक्का नहीं उन्हें ठीक है ठीक है। चो ब्रो ये इस तरह देखो ना कि वधिया चीज़ बनाई हुई है ये तो होर राणा जी की खासियत है जेडे ट्रैक्टर के कोई होर ट्रैक्टर ना जी होर ट्रैक्टर सर एक कर दो भाई जी बंद जिदा कि थोनू पहला दसिया ही है असि कि साडे ट्रैक्टर च हरेक फैसिलिटी हैगी है कोई भी इदा चीज़ नहीं है जड़ी नहीं है जी। हरेक फंक्शन है 4x4 का ऑप्शन है तुसी उथले शाफ्ट देख सकते हो वह भी कवर्ड है ठीक है आ भी, आ नीचे हाँ जी ये भी कवर होगी ये भी अंदरों अंदर ही है देखो ठीक है नहीं तो पहला क्या होंदा था कि बारो बार होंदी नहीं है हाँ जी ਹੁਣ ਇਹ ਵੀ ਕਵਰਡ ਹੈ ਕਵਰ ਵੀ ਵਧੀਆ ਤਰੀਕੇ ਨਾਲ ਕੀਤੀ ਹੋਈ ਹੈ ਨਾ ਫਿਟਡ ਐਨ ਵਾਲ ਜੀ ਇਹ ਚ ਕੋਈ ਉਹ ਨਹੀਂ ਹੈ ਹਾਂ ਜੀ ਤੇ ਇਕੋ ਮੋਡ ਵਾਲਾ ਤੁਹਾਨੂੰ ਦੱਸਿਆ ਹੀ ਹੈ ਕਿ ਇੱਕ ਹੀ ਟਰੈਕਟਰ ਤਿੰਨਾਂ ਪਾਵਰਾਂ ਪਰ ਚੱਲ ਜਾਣਾ ਉਹ ਗੱਡੀਆਂ 'ਚ ਵੀ ਆ ਗਿਆ ਇਹਦੇ ਟਰੈਕਟਰਾਂ 'ਚ ਵੀ ਆ ਗਿਆ ਠੀਕ ਹੈ ਇੱਕ ਰਾਣਾ ਜੀ ਇਹ 'ਚ ਭਾਰ ਕਿੰਨਾ ਹੋਊਗਾ ਜੀ ਇਹਦਾ ਕੁੱਲ ਭਾਰ 27 ਕੁਇੰਟਲ ਪਲੱਸ ਹੋਣਾ ਜੀ 27 ਕੁਇੰਟਲ 2700 ਕਿਲੋ ਤੋਂ ਫਸ ਗਿਆ ਜੀ ਪਲੱਸ ਹਾਂ ਜੀ ਜਿੱਦਾਂ ਕਿ ਵੀਰ ਆਪਣੇ ਤੁਸੀਂ ਹਰੇਕ ਚੀਜ਼ ਦੀ ਵਾਇਰਿੰਗ ਦੇਖਦੇ ਹੋ ਹਾਂ ਜੀ ਉਹ ਤੁਹਾਨੂੰ ਇੱਦਾਂ ਕਵਰ ਨਹੀਂ ਮਿਲਣੀ ਜਿੱਦਾਂ ਇਹ 'ਚ ਕਵਰਡ ਹੈ ਠੀਕ ਹੈ ਜੀ ਇਹ ਜਿਹੜੀ ਹੈ ਹੋਟ ਆਪਣਾ ਟੇਪ ਕਹਿ ਸਕਦੇ ਹੈ ਉਸ ਨਾਲ ਕਵਰ ਕੀਤੀ ਹੋਵੇ ਕਿ ਟਰੈਕਟਰ ਨੂੰ ਕਦੀ ਅੱਗ ਉੱਗ ਨਾ ਪਏ ਉਹ ਵੀ ਮਤਲਬ ਟੇਪ ਵੀ ਵਾਟਰ ਪ੍ਰੂਫ ਆ ਗਈ ਜੀ ਏਅਰ ਸੋਰੀ ਫੋਟ ਪ੍ਰੂਫ ਹੈ ਮਤਲਬ ਅੱਗ ਨਾਲ ਤਾਂ ਉਹ ਠੀਕ ਹੈ ਮਤਲਬ ਅੱਗ ਦਾ ਕੋਈ ਇਹਨੂੰ ਅਸਰ ਨਹੀਂ ਹੈਗਾ ਇਹ ਉਨੇ ਇੱਥੇ ਆਪਸ਼ਨ ਹੀ ਨਹੀਂ ਆਣੀ ਜੀ ਇਹਨੂੰ ਅੱਗ ਠੀਕ ਹੈ ਜੀ ਲਓ ਜੀ ਹੁਣ ਆਪਾਂ ਤੁਹਾਨੂੰ ਟਰੈਕਟਰ ਦੇ ਗੇੜਾ ਦੇ ਕੇ ਦਿਖਾਵਾਂਗੇ ਠੀਕ ਹੈ ਤੇ ਚੱਲਦੇ ਹਾਂ ਆਪਾਂ ਕਿਉਂ ਬਾਈ ਜੀ ਚੱਲ ਗਏ ਜੀ ਇੱਕ ਨਾ ਜਿਹੜੇ ਇਹ ਬਾਈ ਨੇ ਬਹੁਤ ਹੈਲਪ ਕਰਦੇ ਨੇ ਅਤੇ ਜਿਹੜੇ ਬਾਈ ਨੇ ਨਾ ਸ਼ੋਰੂਮ ਦੇ ਵਿੱਚ ਹੈਲਪ ਕਰਦੇ ਰਹਿੰਦੇ ਨੇ ਕਿਸਾਨਾਂ ਦੀ 24 ਘੰਟੇ ਅਤੇ ਜਦੋਂ ਹੁਣ ਆਪਾਂ ਵਲੋਗ ਬਣਾਉਣਾ ਹੁੰਦਾ ਠੀਕ ਹੈ ਪਹਿਲਾਂ ਬਾਈ ਨਾਲ ਹੀ ਕਨੈਕਟ ਕਰੀਦਾ ਵੀ ਆਈਏ ਬਾਈ ਦੇਖੋ ਅੱਜ ਬਾਈ ਨੇ ਦੱਸਿਆ ਨਾ ਵੀ ਟਾਈਗਰ ਆ ਗਿਆ ਸੋਨਾਲੀਕਾ CID ਅਤੇ ਆ ਜਾਓ ਬਾਈ ਆਪਾਂ ਵਲੋਗ ਬਣਾਉਣਾ ਹੈ ਨਾ ਅਤੇ ਬਾਈ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਵਧੀਆ ਸੁਭਾਅ ਬਾਈ ਦਾ ਹਾਂਜੀ ਅਤੇ ਚੱਲੀਏ ਬਾਈ ਜੀ ਫਿਰ ਆਪਾਂ ਦੇ ਕੇ ਆਈਏ ਗੇੜਾ ਹਾਂਜੀ ਚਲੋ ਜੀ ਠੀਕ ਹੈ ਜੀ ਠੀਕ ਹੈ ਜਿਵੇਂ ਆਏ ਬਾਈ ਮੈਂ ਉੱਚਾ ਟਰੈਕਟਰ ਕਰਕੇ ਕੰਫਰਟ ਵੱਧ ਫੀਲ ਹੁੰਦਾ ਜੀ ਪੂਰਾ ਕੰਫਰਟ ਆ ਜੀ ਪੂਰਾ ਜੀ ਮੈਂ ਕਹਿੰਦਾ ਲਗਜ਼ਰੀ ਕਾਰਾਂ ਵਾਂਗੂ ਆਈ ਕੰਫਰਟ ਕਾਰਾਂ ਵਾਂਗੂ ਆ ਦੇਖੋ ਜਿਵੇਂ ਮੁਰਜੇ ਨੇ ਟਾਇਰ ਟੂਰੇ ਦੇ ਪੂਰੀ ਐ ਵਧੀਆ ਫੀਲਿੰਗ ਆਉਂਦੀ ਆ ਪੂਰੀ ਪੂਰੇ ਉੱਚੇ ਬੈਠੇ ਆਪਾਂ ਐ ਨਹੀਂ ਹੈਗੇ ਕੋਈ ਉਹੀ ਜੇ ਕੰਮ ਦੇ ਆ ਜਾਂਦੇ ਆਪਾਂ ਠੀਕ ਹੈ ਚੱਲ ਵੀ ਝੋਟਿਆ ਪੂਰਾ ਜਮਦੂਦ ਦਾ ਝੋਟਾ ਹੀ ਹੈ ਜੀ ਜਮਦੂਦ ਦਾ ਝੋਟਾ ਹੀ ਹੈ ਜੀ ਪੂਰਾ ਜੀ ਠੀਕ ਹੈ ਜੀ ਲਓ ਵੀ ਚੁੱਪ ਰਹੋ ਤੇ ਦਿਖਾਤਾ ਤੁਹਾਨੂੰ ਸਾਰਾ ਕੁਝ ਹੈ ਨਾ ਸੋਨਾਲੀਕਾ CID ਟਰੈਕਟਰ ਦੀ ਆਪਾਂ ਫੁੱਲ ਨੌਲੇਜ ਤੁਹਾਨੂੰ ਦੇ ਦਿੱਤੀ ਆ ਤੇ ਬਹੁਤ ਬਹੁਤ ਧੰਨਵਾਦ ਆ ਇਹ ਰਾਣਾ ਜੀ ਦਾ ਠੀਕ ਹੈ ਜਿਨ੍ਹਾਂ ਨੇ ਤੁਹਾਨੂੰ ਫੁੱਲ ਨੌਲੇਜ ਦਿੱਤੀ ਆ ਅਤੇ ਨਾਲ ਹੀ ਧੰਨਵਾਦ ਵੀਰੇ ਦਾ ਠੀਕ ਹੈ ਜੀ ਜਿਨ੍ਹਾਂ ਨੇ ਆਪਾਂ ਨੂੰ ਟਰੈਕਟਰ ਆ ਜਿਹੜਾ ਚਲਾ ਕੇ ਦਿਖਾਇਆ ਹੈਗਾ
ठीक है जी। तो चलो फिर हम आप मिलते हैं हम किसी अगले होर किसी घेंट ब्लॉग के। चलो ठीक है जी, ओके राणा जी, सत श्रीकाल जी। सत श्रीकाल ओके भाई, सत श्रीकाल जी। सत श्रीकाल जी।